ਕਹਿੰਦੇ ਟਿੱਚਰ ਨਹੀਂ ਕਰੀਦੀ, ਟਿੱਚਰ ਬਹੁਤ ਮਾੜੀ ਚੀਜ਼ ਹੁੰਦੀ ਆ, ਟਿੱਚਰ ਕਰਕੇ ਹੱਸੀਦਾਨੀ ਹੀ ਕਰਕੇ ਪੁੱਠਾ ਪੰਗਾ ਬੰਦੇ ਨੂੰ ਜ਼ਿੰਦਗੀ ਵਿੱਚ ਕਦੇ ਨਹੀਂ ਲੈਣਾ ਚਾਹੀਦਾ, ਕਿਉਂਕਿ ਪੁੱਠਾ ਪੰਗਾ ਲੈਣ ਤੋਂ ਬਾਅਦ ਬੰਦਾ ਪਛਤਾਉਂਦਾ ਸੀ ਕਰਕੇ। ਸਤਿ ਸ਼੍ਰੀ ਅਕਾਲ, ਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ, ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ। ਦੋਸਤੋ, ਪੁੱਠੇ ਪੰਗੇ ਦੀ ਗੱਲ ਕੀਤੀ ਹੈ, ਜੇ ਮੈਂ ਤੁਹਾਨੂੰ ਦੱਸਾਂ ਕਿ ਇੱਕ ਮਾੜੇ ਅਨਸਰ ਨੇ ਪੁਲਿਸ ਵਾਲਿਆਂ ਦੀ ਗੱਡੀ ਨੂੰ ਹੱਥ ਦੇ ਲਿਆ, ਅਤੇ ਉਸ ਤੋਂ ਬਾਅਦ ਹੁਣ ਇਹ ਗੱਲ ਆਖ ਰਿਹਾ ਕਿ ਯਾਰ ਹੱਥ 'ਤੇ ਪੂਰੀ ਬੋਡੀ ਛਰਨ ਕਰ ਰਹੀ ਹੈ, ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ? ਖੁਸ਼ੀ ਤਾਂ ਹੋਏਗੀ ਕਿ ਮਾੜੇ ਅਨਸਰ ਨੂੰ ਪੁਲਿਸ ਨੇ ਕਾਬੂ ਕਰ ਲਿਆ, ਪਰ ਪੂਰੀ ਖਬਰ ਤੁਹਾਨੂੰ ਸੁਣਾਉਂਦੇ ਹਾਂ। ਉਸ ਤੋਂ ਪਹਿਲਾਂ ਇਹ ਵਿਚਾਰਾਂ ਦੀ ਸਾਂਝ ਮੈਂ ਜ਼ਰੂਰ ਪਾਉਣੀ ਚਾਹੁੰਦਾ ਕਿ ਤਿਉਹਾਰਾਂ ਦੇ ਦਿਨ ਚੱਲ ਰਹੇ ਆ, ਪਬਲਿਕ ਵਿੱਚ ਬਹੁਤ ਉਤਸ਼ਾਹ ਹੈ, ਪਬਲਿਕ ਵਿੱਚ ਖੁਸ਼ੀ ਹੈ, ਆਪਣੇ ਪਰਿਵਾਰ ਨਾਲ ਲੋਕ ਘਰੋਂ ਬਾਹਰ ਆਉਣਾ ਚਾਹੁੰਦੇ ਆ, ਸ਼ੋਪਿੰਗ ਕਰਨਾ ਚਾਹੁੰਦੇ ਆ, ਪਰ ਉੱਥੇ ਹੀ ਮਾੜੇ ਅਨਸਰ ਵੀ ਬਹੁਤ ਐਕਟਿਵ ਹੋ ਜਾਂਦੇ ਆ, ਜਿਹਦੇ ਕਰਕੇ ਇੱਕ ਚਿੰਤਾ ਦਾ ਵਿਸ਼ਾ ਬਣਦਾ, ਲੋਕਾਂ ਨੂੰ ਚੌਕਸ ਰਹਿਣਾ ਪੈਂਦਾ, ਔਰ ਪੁਲਿਸ ਦੀ ਵੀ ਜਿਹੜੀ ਡਿਊਟੀ ਆ ਉਹ ਹੋਰ ਸਖਤ ਹੋ ਜਾਂਦੀ ਆ, ਪੁਲਿਸ ਨੂੰ ਹੋਰ ਐਫਰਟਸ ਕਰਨੇ ਪੈਂਦੇ ਤਾਂ ਜੋ ਇਹ ਤਿਉਹਾਰਾਂ ਦੇ ਦਿਨਾਂ ਵਿੱਚ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਦੋ ਕੁ ਦਿਨ ਪਹਿਲਾਂ ਅਸੀਂ ਖਬਰ ਪੇਸ਼ ਕੀਤੀ ਸੀ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਇੱਕ ਦਾਤਰ ਗੈਂਗ ਦਾ ਪਰਦਾਫਾਸ਼ ਕੀਤਾ, ਉਹਦੇ ਦੋ ਮੈਂਬਰ ਜਿਹੜੇ ਗ੍ਰਿਫਤਾਰ ਕਰ ਲਏ, ਜਿਹੜੇ ਸੁਨਸਾਨ ਥਾਵਾਂ 'ਤੇ ਲੋਕਾਂ ਨੂੰ ਰੋਕ ਲੈਂਦੇ ਸੀ, ਉਸ ਤੋਂ ਬਾਅਦ ਦਾਤਰ ਦੀ ਨੋਕ ਦੇ ਉੱਤੇ ਫੋਨ ਖੋਹ ਲੈਂਦੇ ਸੀਗੇ, ਪੈਸੇ ਖੋਹ ਲੈਂਦੇ ਸੀਗੇ, ਔਰ ਕਈ ਵਾਰ ਤਾਂ ਹਮਲਾ ਵੀ ਕਰ ਦਿੰਦੇ ਸੀਗੇ। ਪਰ ਹੁਣ ਜਿਹੜੀ ਖਬਰ ਸਾਡੇ ਸਾਹਮਣੇ ਆਈ ਹੈ ਉਹ ਇਸ ਤੋਂ ਵੀ ਵੱਡੀ ਹੈ, ਕਿਉਂਕਿ ਔੜ ਦੇ ਏਰੀਏ ਵਿੱਚ ਦੋ ਨੌਜਵਾਨ ਜਿਹੜੇ ਆ ਉਹ ਪਿਸਟਲ ਦੀ ਨੋਕ ਦੇ ਉੱਤੇ ਇਹੋ ਜਿਹਾ ਕੰਮ ਕਰ ਰਹੇ ਸਨ। ਹੁਣ ਹੁੰਦਾ ਕੀ ਹੈ, 26 ਤਰੀਕ ਨੂੰ 10:30 ਦੇ ਕਰੀਬ ਪ੍ਰਾਈਵੇਟ ਗੱਡੀ ਵਿੱਚ ਪੁਲਿਸ ਦੇ ਜਿਹੜੇ ਮੁਲਾਜ਼ਮ ਆ ਉਹ ਔੜ ਤੋਂ ਗੜੀ ਅਜੀਤ ਸਿੰਘ ਵਾਲੇ ਪਾਸੇ ਜਾ ਰਹੇ ਹੁੰਦੇ ਆ, ਗਸ਼ਤ ਦੇ ਉੱਤੇ ਜਾ ਰਹੇ ਹੁੰਦੇ ਆ, ਔਰ ਲਿੰਕ ਰੋਡ 'ਤੇ ਦੋ ਨੌਜਵਾਨ ਜਿਹੜੇ ਆ ਉਹ ਪੁਲਿਸ ਵਾਲਿਆਂ ਦੀ ਗੱਡੀ ਨੂੰ ਹੱਥ ਦੇ ਦਿੰਦੇ ਆ, ਇਹ ਸਮਝ ਕੇ ਕਿ ਗੱਡੀ ਤਾਂ ਪ੍ਰਾਈਵੇਟ ਹੈ। ਪਰ ਜਿੱਦਾਂ ਹੀ ਉਹ ਗੱਡੀ ਦੇ ਵਿੱਚ ਬੈਠੇ ਪੁਲਿਸ ਮੁਲਾਜ਼ਮ ਦੇਖਦੇ ਆ, ਵਰਦੀਆਂ ਪਾਈਆਂ ਦੇਖਦੇ, ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ, ਸਮਝ ਲਓ ਕਿ ਉਹਨਾਂ ਨੂੰ ਘੁੰਮਣ ਘੇਰੀਆਂ ਆ ਜਾਂਦੀਆਂ। ਦੋਨਾਂ ਵਿੱਚੋਂ ਇੱਕ ਤਾਂ ਹਨੇਰੇ ਦਾ ਫਾਇਦਾ ਚੱਕਦਾ ਹੋਇਆ ਕਮਾਦੀਆਂ ਥਾਣੀ ਗਾਇਬ ਹੋ ਜਾਂਦਾ, ਪਰ ਜਿਸ ਕੋਲ ਪਿਸਟਲ ਹੁੰਦੀ ਹੈ ਔਰ ਪਿਸਟਲ ਦੇ ਅੰਦਰ ਲੋਡਡ ਜ਼ਿੰਦਾ ਰੌਂਦ ਹੁੰਦਾ ਆ, ਪੁਲਿਸ ਵਾਲੇ ਤੇਜ਼ੀ ਦਿਖਾਉਂਦੇ ਹੋਏ, ਪੁਲਿਸ ਵਾਲੇ ਮੁਸਤੈਦੀ ਦਿਖਾਉਂਦੇ ਹੋਏ, ਉਸ ਨੂੰ ਗ੍ਰਿਫਤਾਰ ਕਰ ਲੈਂਦੇ ਆ। ਇਹ ਬਹੁਤ ਵੱਡੀ ਸਫਲਤਾ ਹੈ, ਕਿਉਂਕਿ ਸੁਨਸਾਨ ਥਾਵਾਂ 'ਤੇ ਇਹ ਲੋਡਡ ਗਨ ਨਾਲ ਆਮ ਜਨਤਾ ਦਾ ਬਹੁਤ ਵੱਡਾ ਨੁਕਸਾਨ ਕਰ ਸਕਦੇ ਸੀ, ਔਰ ਲੋਕਾਂ ਦੇ ਅੰਦਰ ਇੱਕ ਸ਼ੋਅ ਸੀ, ਇੱਕ ਡਰ ਸੀ ਕਿ ਸੁਨਸਾਨ ਥਾਵਾਂ 'ਤੇ ਔੜ ਦੇ ਨਜ਼ਦੀਕ ਅਸਲੇ ਨਾਲ ਜਿਹੜੇ ਮਾੜੇ ਅਨਸਰ ਫਿਰਦੇ ਆ। ਪੁਲਿਸ ਹੁਣ ਡੂੰਘਾਈ ਨਾਲ ਛਾਨਬੀਨ ਕਰ ਰਹੀ ਹੈ, ਪੁੱਛਗਿੱਛ ਚੱਲ ਰਹੀ ਹੈ, ਲੇਕਿਨ ਵੱਡੀ ਹੈਰਾਨੀ ਵਾਲੀ ਗੱਲ ਹੈ, ਜਿਹੜਾ ਇਹ ਨੌਜਵਾਨ ਫੜਿਆ ਆ ਇਹ ਗੜਸ਼ੰਕਰ ਏਰੀਏ ਦਾ ਆਇਆ, ਅਤੇ ਇਸ ਦੇ ਉੱਤੇ ਪਹਿਲਾਂ 6 ਪਰਚੇ ਨੇ। ਪਰ ਉਹੀ ਫਿਰ ਡਿਸਕਸ਼ਨ ਆਪਾਂ ਅਗਾਂਹ ਤੋਰਾਂਗੇ ਕਿ ਜਿਹੜੇ ਲੋਕ ਇਹਨਾਂ ਨੂੰ ਛਡਾ ਕੇ ਲੈ ਕੇ ਆਉਂਦੇ ਆ, ਜਿਹੜੇ ਲੋਕ ਇਹਨਾਂ ਦੀ ਪੈਰਵੀ ਕਰਦੇ ਆ, ਕਹਿੰਦੇ ਕਿ ਇਹ ਬਾਹਰ ਆਉਣੇ ਚਾਹੀਦੇ ਆ, ਸੁਧਰਨੇ ਚਾਹੀਦੇ ਆ, ਮੁੱਖ ਧਾਰਾ ਨਾਲ ਜੁੜਨੇ ਚਾਹੀਦੇ ਆ, ਉਹ ਵੀ ਲੋਕ ਇੱਕ ਵਾਰ ਸਮਝਣ ਕਿ ਯਾਰ ਇਹ ਕੀ ਕਰਦੇ ਆ, ਪਿਸਤੌਲ ਕਿੱਥੋਂ ਇਹਦੇ ਕੋਲੋਂ ਆ ਗਿਆ। 6 ਵਾਰ ਜਿਹੜੇ ਬੰਦੇ 'ਤੇ ਪਰਚਾ ਹੋ ਚੁੱਕਾ ਆ ਪਹਿਲਾਂ, ਜੋ ਦੱਸਿਆ ਜਾ ਰਿਹਾ ਹਲੇ 1 ਮਹੀਨਾ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ, ਉਹ ਬਾਹਰ ਆ ਕੇ ਫਿਰ ਉਹੀ ਕੰਮ ਕਰ ਰਿਹਾ, ਤਾਂ ਇਹ ਕਿੰਨੀ ਮੰਦਭਾਗੀ ਗੱਲ ਹੈ। ਇਹ ਕਦੋਂ ਸੁਧਰਨਗੇ, ਕਦੋਂ ਮੁੱਖ ਧਾਰਾ ਨਾਲ ਜੁੜ ਸਕਣਗੇ, ਕਦੋਂ ਰਿਸਪੋਂਸੀਬਲ ਸਿਟੀਜ਼ਨ ਬਣ ਸਕਣਗੇ, ਇਹ ਬਹੁਤ ਵੱਡਾ ਸਵਾਲ ਹੈ, ਖਾਸ ਕਰਕੇ ਉਹਨਾਂ ਦੇ ਲਈ ਜਿਹੜੇ ਲੋਕ ਇਹਨਾਂ ਦੀ ਪੈਰਵੀ ਕਰਦੇ ਆ, ਇਹਨਾਂ ਨੂੰ ਛਡਾਉਣ ਦੀ ਗੱਲ ਕਰਦੇ ਆ। ਇੱਕ ਵਾਰ ਤੁਹਾਨੂੰ ਮੌਕੇ ਦੀ ਪੂਰੀ ਤਸਵੀਰ ਦਿਖਾਉਂਦੇ। ਹਾਂਜੀ, ਪਹਿਲਾਂ ਤਾਂ ਇਹ ਹੈਗਾ ਕਿ ਸਾਡੇ ਮਾਨਯੋਗ SSP ਸਾਹਿਬ ਡਾਕਟਰ ਅਖਿਲ ਚੌਧਰੀ ਜੀ IPS ਅਤੇ ਮੈਡਮ ਮਾਧਵੀ ਸ਼ਰਮਾ ਜੀ DSP ਸਾਹਿਬ ਨਵਾਂਸ਼ਹਿਰ, ਜਿਹਦੀਆਂ ਖਾਸ ਹਦਾਇਤਾਂ ਹੈਗੀਆਂ ਕਿ ਗਾਂ ਦਿਵਾਲੀ ਦੇ ਤਿਉਹਾਰ ਦੇ ਉੱਤੇ ਕੋਈ ਵੀ ਜਿਹੜੇ ਮਾੜੇ ਅਨਸਰ ਹੈਗੇ ਵਾਰਦਾਤ ਕਰ ਸਕਦੇ ਆ। ਇਸੇ ਲੜੀ ਦੇ ਤਹਿਤ ਅਸੀਂ ਰਾਤ ਦਿਨ ਮੁਸਤੈਦੀ ਨਾਲ ਗਸ਼ਤ ਕਰਦੇ ਹਾਂ। ਬੀਤੀ ਰਾਤ ਵੀ 26/10/2023 ਦੀ ਰਾਤ ਜਿਹੜੀ 10:30 ਸਾਡੀ ਜਿਹੜੀ ਪੁਲਿਸ ਪਾਰਟੀ ਹੈਗੀ ਆ, ਇਸੇ ਸੁਰਿੰਦਰਪਾਲ ਅਤੇ ਨਾਲ ਬਾਕੀ ਮੁਲਾਜ਼ਮ ਸੀਗੇ, ਗਸ਼ਤ ਕਰਦੇ ਆ ਰਹੇ ਸੀਗੇ। ਜਦੋਂ ਮੇਨ ਰੋਡ ਤੋਂ ਅਤੇ ਗੜੀ ਜੀਤ ਸਿੰਘ ਸਾਈਡ ਨੂੰ ਮੁੜੇ ਆ, ਤਾਂ ਅੱਗੇ ਇੱਕ ਮੋਟਰਸਾਈਕਲ ਦੇ ਉੱਤੇ ਖੜ੍ਹਾ ਕਰਕੇ ਮੋਟਰਸਾਈਕਲ ਦੇ ਦੋ ਨੌਜਵਾਨ ਖੜ੍ਹੇ ਸੀਗੇ, ਅਤੇ ਸਿਵਲ ਦੀ ਗੱਡੀ ਸੀਗੀ, ਇਹਨਾਂ ਦੀਆਂ ਲਾਈਟਾਂ ਦੇਖ ਕੇ ਉਹਨਾਂ ਨੇ ਲੁੱਟਖੋਹ ਦੀ ਨੀਤ ਦੇ ਨਾਲ ਆਪਣਾ ਪਿਸਤੌਲ ਤਾਣ ਕੇ ਅਤੇ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਦੂਸਰੇ ਬੰਦੇ ਨੇ, ਤਾਂ ਜਦੋਂ ਇਹਨਾਂ ਨੇ ਮੁਸਤੈਦੀ ਨਾਲ ਲਾਗੇ ਜਾ ਕੇ ਰੋਕੇ ਗੱਡੀਆਂ 'ਚ ਉਤਰੇ ਤਾਂ ਨਹੀਂ ਦੇਖਿਆ ਪੁਲਿਸ ਹੈ, ਤਾਂ ਭੱਜਣ ਦੀ ਕੋਸ਼ਿਸ਼ ਕੀਤੀ। ਇੱਕ ਜਿਹੜਾ ਮੁੰਡਾ ਹੈਗਾ ਜਿਹਦੇ ਹੱਥ 'ਤੇ ਪਿਸਟਲ ਸੀ ਉਹ ਮੌਕੇ 'ਤੇ ਕਾਬੂ ਕਰ ਲਿਆ, ਜਿਹੜਾ ਦੂਸਰਾ ਸੀਗਾ ਉਹ ਹਨੇਰੇ ਦਾ ਫਾਇਦਾ ਉਠਾ ਕੇ ਕਮਾਦ 'ਚ ਵੜ ਕੇ ਅਤੇ ਉਹ ਭੱਜਣ ਸਫਲ ਹੋ ਗਿਆ। ਅਸੀਂ ਪਿਸਟਲ ਜਿਹੜਾ ਇੱਕ ਦੇਸੀ ਕੱਟਾ ਹੈਗਾ 315 ਬੋਰ ਉਹ ਰਿਕਵਰ ਕੀਤਾ, ਮੋਟਰਸਾਈਕਲ ਰਿਕਵਰ ਕੀਤਾ, ਅਤੇ ਜਿਹਦੇ ਹੱਥ 'ਚੋਂ ਪਿਸਟਲ ਸੀਗਾ ਉਹ ਵੀ ਫੜ ਲਿਆ ਹੈਗਾ। ਅਤੇ ਇਹਦੀ ਜਿਹੜੀ ਪਛਾਣ ਹੈਗੀ ਹੈ, ਇਹ ਆਕਾਸ਼ ਸਨ ਆਫ ਜਗਦੇਵ ਵਾਸੀ ਗੌੜਿਆ ਮੁੱਲਾ ਗੜਸ਼ੰਕਰ ਦਾ। ਇਹਦੇ 'ਤੇ ਅੱਗੇ ਵੀ ਬਹੁਤ ਸਾਰੇ ਲਗਭਗ 6 ਮੁਕੱਦਮੇ ਹੈਗੇ, ਲੁੱਟਖੋਰੇ ਦਰਜ ਹੈਗੇ ਆ, ਅਨੇਕ ਮਹੀਨਾ ਪਹਿਲਾਂ ਹੀ ਜੇਲ੍ਹ 'ਚੋਂ ਆਇਆ ਸੀਗਾ।
ਅਤੇ ਇਹ ਰਾਤ ਕੋਈ ਨਾ ਕੋਈ ਵਾਰਦਾਤ ਕਰਨ ਦੀ ਤਾਕਤ ਸੀਗੇ ਅਤੇ ਹੋ ਸਕਦਾ ਜੇ ਕੋਈ ਸਾਡੀ ਗੱਡੀ ਨਾ ਹੁੰਦੀ ਪੁਲਿਸ ਪਾਰਟੀ ਦੇ ਜਗ੍ਹਾ ਕੋਈ ਹੋਰ ਹੁੰਦਾ ਤਾਂ ਸ਼ਾਇਦ ਇਹ ਲੁੱਟ ਖੋ ਕਰ ਵੀ ਸਕਦੇ ਸੀਗੇ ਅਤੇ ਜਿਹੜਾ ਭੱਜੇ ਉਹਦੀ ਵੀ ਅਸੀਂ ਸ਼ਨਾਖਤ ਕਰ ਲਈ ਉਹ ਵੀ ਜਲਦੀ ਕਾਬੂ ਕਰ ਲਿਆ ਜਾਊਗਾ ਅਤੇ ਅਸੀਂ ਕਾਨੂੰਨੀ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 64 ਅਤੇ ਡੇਟ ਅੱਜ ਦੀ ਰਾਤੀ 12 ਵਜੇ 27/10/2023 ਅੰਡਰ ਸੈਕਸ਼ਨ 398 34 IPC ਅਤੇ 25 RMZ ਤਹਿਤ ਥਾਣਾ ਔੜ ਵਿਖੇ ਮੁਕੱਦਮਾ ਦਰਜ ਕਰ ਲਿਆ। ਅੱਗੇ ਤਫਤੀਸ਼ ਜਾਰੀ ਹੈ, ਹੁਣ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਅਤੇ ਇਹਦਾ ਪੁਲਿਸ ਰਿਮਾਂਡ ਲਵਾਂਗੇ ਅਤੇ ਅੱਗੇ ਪੁੱਛਗਿੱਛ ਕੀਤੀ ਜਾਊਗੀ। ਇਹ ਕੁਛ ਵੱਡਾ ਕੁਛ ਹੋਰ ਨਿਕਲਣ ਦੀ ਆਸ ਹੈ? ਹਾਂਜੀ ਬਿਲਕੁਲ, ਇਹ ਜਿਹੜਾ ਹੈਗਾ ਇਹ ਆਦੀ ਮੁਜਰਮ ਹੈਗੇ ਆ, ਹਾਲੇ ਇੱਕ ਮਹੀਨਾ ਪਹਿਲਾਂ ਜੇਲ੍ਹ 'ਚੋਂ ਆਇਆ, 6 ਮੁਕੱਦਮੇ ਆਲਰੇਡੀ ਅਤੇ ਲੁੱਟ ਖੋਹ ਦੇ ਚੱਲਦੇ ਆ ਅਤੇ ਇਹ ਤੋਂ ਪੁੱਛਗਿੱਛ ਕਰਾਂਗੇ। ਹੋਰ ਵੀ ਬਹੁਤ ਸਾਰੇ ਜਿਹੜੇ ਹੈਗੇ ਆ ਅਸੀਂ ਦੋਸ਼ੀ ਨੂੰ ਅਰੈਸਟ ਕਰਾਂਗੇ ਇਹਦੀ ਸ਼ਨਾਖਤ ਦੇ ਉੱਤੇ ਅਤੇ ਤਫਤੀਸ਼ ਜਾਰੀ ਹੈ ਜੀ। ਸਾਡੇ ਅਫਸਰ ਸਾਹਿਬਾਨ ਵੀ ਇਸ ਤੋਂ ਪੁੱਛਗਿੱਛ ਕਰ ਰਹੇ ਆ ਅਤੇ ਅੱਗੇ ਜੋ ਵੀ ਖੁਲਾਸਾ ਹੋਇਆ ਤੁਹਾਨੂੰ ਜਾਣੂ ਕਰਵਾਤਾ ਜਾਊਗਾ ਜੀ। ਓਕੇ ਜੀ, ਥੈਂਕ ਯੂ। ਓਕੇ।